मोगा में एक तरफ मौसम पूरी तरह अपना रंग दिखा रहा है, दूसरी तरफ आज मुस्लिम भाईचारे में ईद मनाई जा रही है और सभी सरकारी स्कूल, कॉलेज और दफ्तरे बंद हैं। लेकिन मास्टर केडर यूनियन की तरफ से आज छठे पे कमीशन की रिपोर्ट की त्रुटियों को लेकर पंजाब सरकार के खिलाफ सूबा पधरी धरना कैप्टन की रिहायशी में दिया जाएगा। हर जिले में बस भरी चंडीगढ़ की तरफ जा रही है। मुलाजिम जत्थेबंदियों का कहना है कि जब तक छठे पे कमीशन की रिपोर्ट को कैंसिल नहीं किया जाता या उससे जो त्रुटियां हुई है दूर नहीं की जाती, तब तक हमारा संघर्ष जारी रहेगा। कांग्रेस का प्रधान कोई भी हो, जब हमारी मांगे पूरी होगी तभी यह धरना प्रदर्शन समाप्त होगा। देखिए पंजाब से चरणजीत सिंह की यह रिपोर्ट। फास्ट न्यूज इंडिया च लाइव तस्वीर असि मोगे तो दिखा रहे हैं और बड़ा जबरदस्त जिहड़ा हैगा संघर्ष हो रहा हैगा। छेवें पे कमीशन नूं लैके हरेक जथेबंदी अपना अपना जोर ला रही है, पर मीडिया दे विच कैप्टन सिद्धू तो इलावा होर कोई खबर नहीं चल रही है। मुलाजमान नूं अखों परोखे किया जा रहा है। मोगे तो असि तुहानूं लाइव तस्वीर दिखा रहे हैं। जथेबंदियों वालों सिसवां जो फार्म है उत्थे विरोध किया जा रहा है, इकट्ठ किया जा रहा है पूरा सूबा पदरी। बसा पूरी फुल है, बड़िया दूर दूर तो जेडे है मुलाजम जथेबंदियां उत्थे पहुंचन गिया और मुलाजम जथेबंदियां का कहना है कैप्टन सिद्धू दियां असीं जड़ां हिला देणियां। ਸਾਡੇ ਨਾਲ ਮੌਜੂਦ ਹੈ ਪ੍ਰਧਾਨ ਜਸਵੀਰ ਸਿੰਘ ਜੀ ਮੋਗਾ ਤੋਂ। ਸਰ ਕੀ ਕਹਿਣਾ ਚਾਹੋਗੇ ਅੱਜ ਜੋ ਜਥਾ ਤੁਹਾਡਾ ਜਾ ਰਿਹਾ ਮੁਹੱਲੀ ਦੇ ਵਿੱਚ, ਕਿਸ ਤਰ੍ਹਾਂ ਦੇ ਪ੍ਰਬੰਧ ਆ ਔਰ ਕਿੰਨੇ ਜਿਹੜੇ ਹੈਗੇ ਆ ਤੁਹਾਡੇ ਕਰਮਚਾਰੀ ਜਾ ਰਹੇ ਹੈਗੇ ਤੁਹਾਡੇ ਨਾਲ? ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ, ਇੱਥੇ ਅਧਿਆਪਕਾਂ ਦਾ ਵਿਸ਼ਾਲ ਇਕੱਠ ਹੈ। ਮੋਗੇ ਤੋਂ ਚਾਰ ਵੱਡੀਆਂ ਬੱਸਾਂ, ਤਿੰਨ ਸਾਡੇ ਕੋਲ ਟੈਂਪੂ ਡਰਾਈਵਰ ਲੇਡੀਜ਼ ਦੀਆਂ ਤੇ ਬਹੁਤ ਸਾਰੇ ਅਧਿਆਪਕ ਸਾਥੀ ਆਪੋ ਆਪਣੇ ਵਹੀਕਲਾਂ ਤੇ ਜਾ ਰਹੇ ਆ। ਸੋ ਇੰਨਾ ਜ਼ਿਆਦਾ ਉਤਸ਼ਾਹ ਵਾ ਇਸ ਰੈਲੀ ਨੂੰ ਲੈ ਕੇ, ਜਿੱਥੇ ਅਧਿਆਪਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਪੰਜਾਬ ਸਰਕਾਰ ਦੇ ਵਿਰੁੱਧ, ਵਿੱਤ ਵਿਭਾਗ ਦੀਆਂ ਸਿਫਾਰਿਸ਼ਾਂ ਦੇ ਵਿਰੁੱਧ, ਉੱਥੇ ਹੀ ਇਸ ਰੈਲੀ ਨੂੰ ਲੈ ਕੇ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਜਾ ਰਿਹਾ। ਭਾਵੇਂ ਕਿ ਮੌਸਮ ਤੁਸੀਂ ਦੇਖ ਰਹੇ ਆ ਖਰਾਬ ਆ, ਪਰ ਫਿਰ ਵੀ ਜਿਹੜੇ ਆ ਲੋਕ ਇਸ ਰੈਲੀ ਵਾਸਤੇ ਹੁੰਮ ਹੁਮਾ ਕੇ ਪਹੁੰਚ ਰਹੇ ਆ। ਸੋ ਇਹ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਦੇ ਦਿੱਤੀ। ਸੋ ਤੁਸੀਂ ਦੇਖ ਰਹੇ ਆ ਮਗਰ ਸਾਡੇ ਬੱਸਾਂ ਖੜੀਆਂ ਵਾ, ਇਹ ਕਾਫਲਾ ਜਿਹੜਾ ਹੈਗਾ ਇਸ ਤੋਂ ਐਵੇਂ ਅੱਗੇ ਵੱਧ ਜਾਣਾ ਵਾ। ਅਜਿਤ ਸਵਾਲ ਮਹਿਰਾ ਤੇ ਹੋਰ ਸਾਡੇ ਸਾਥੀ ਉਡੀਕ ਰਹੇ ਹੈਗੇ ਆ। ਨਿਹਾਲੇ ਵਾਲਾ ਧਰਮਕੋਟ ਤੋਂ ਬੱਸਾਂ ਚੱਲੀਆਂ ਹੋਈਆਂ ਨੇ ਔਰ ਸਾਰੇ ਪੰਜਾਬ ਦੇ ਵਿੱਚੋਂ ਅੱਜ ਇੱਕ ਇਤਿਹਾਸਕ ਰੈਲੀ ਜਿਹੜੀ ਹੋਗੀ ਆ, ਜਿਹਦੇ ਵਿੱਚ ਅਸੀਂ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਮਾ ਫਾਰ ਜਿਹੜਾ ਘੇਰਨਾ ਹੈਗਾ ਔਰ ਉਹਨੂੰ ਦੱਸ ਦੇਣਾ ਕਿ ਜੇਕਰ ਮੁਲਾਜ਼ਮਾਂ ਨਾਲ ਧੱਕਾ ਕਰੇਗਾ ਤਾਂ ਇਹ ਸਰਕਾਰ ਬਹੁਤਾ ਚਿਰ ਨਹੀਂ ਚੱਲੇਗੀ। ਸਰ ਇੱਕ ਨਿਊਜ਼ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਸੁਰਖੀਆਂ ਕੈਪਟਨ ਸਿੱਧੂ ਦੀਆਂ ਆ ਰਹੀਆਂ, ਕੀ ਤੁਹਾਡਾ ਜਿਹੜਾ ਹੈਗਾ ਵਫਦ ਸਿੱਧੂ ਨੂੰ ਵੀ ਮਿਲੇਗਾ ਜੋ ਪਾਰਟੀ ਦੇ ਪ੍ਰਧਾਨ ਬਣਾਏ ਗਏ ਹੁਣ? ਦੇਖੋ ਜੀ, ਸਾਨੂੰ ਕੈਪਟਨ ਦੇ ਸਿੱਧੂ ਨਾਲ ਕੋਈ ਮਤਲਬ ਨਹੀਂ ਗਾ ਜੀ, ਕਿਉਂਕਿ ਦੋਵੇਂ ਇੱਕੋ ਥਾਲੀ ਦੇ ਜੱਥੇ ਵੱਟੇ ਆ ਤੇ ਇਹਨਾਂ ਦੀ ਆਪਸੀ ਲੜਾਈ ਦੇ ਵਿੱਚ ਮੁਲਾਜ਼ਮਾਂ ਦਾ ਨੁਕਸਾਨ ਕਰ ਰਿਹਾ ਔਰ ਪੰਜਾਬ ਦੀ ਜਨਤਾ ਨੂੰ ਜਿਹੜੇ ਅਸਲ ਮੁੱਦੇ ਹੈਗੇ ਆ, ਬੇਰੁਜ਼ਗਾਰੀ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਤੇ ਜਿਹੜੇ ਹੋਰ ਲੋਕਾਂ ਦੇ ਬਿਜਲੀ ਵਰਗੇ ਅਹਿਮ ਮੁੱਦੇ ਆ ਉਹਨਾਂ ਤੋਂ ਧਿਆਨ ਭਟਕਾਉਣ ਵਾਸਤੇ ਇਹ ਕਾਂਗਰਸ ਦੀ ਆਪਣੀ ਜਿਹੜੀ ਹੈ ਖਿਚਾਲ ਆ, ਜਿਹਦੇ ਚ ਲੋਕਾਂ ਦਾ ਧਿਆਨ ਜਿਹੜਾ ਹੈਗਾ ਮੁੱਖ ਮੁੱਦਿਆਂ ਤੋਂ ਹਟਾ ਕੇ ਸੈਕੰਡਰੀ ਮੁੱਦਿਆਂ ਤੇ ਕੀਤਾ ਜਾ ਰਿਹਾ। ਅੱਜ ਜੋ ਰੋਸ ਧਰਨਾ ਕੀਤਾ ਜਾ ਰਿਹਾ ਪੂਰਾ ਸੂਬਾ ਪੱਧਰੀ ਹੈ ਜੀ? ਇਹ ਅੱਜ ਪੂਰਾ ਸੂਬਾ ਪੱਧਰੀ ਰੋਸ ਧਰਨਾ ਹੈਗਾ, ਜਿਹਦੇ ਵਿੱਚ ਸਾਰੇ ਸੂਬੇ ਤੋਂ ਬਹੁਤ ਵੱਡੀ ਪੱਧਰੀ ਦੇ ਉੱਤੇ ਮਤਲਬ ਮੁਲਾਜ਼ਮ ਪਹੁੰਚ ਰਹੇ ਆ ਔਰ ਜੇਕਰ ਸਰਕਾਰ ਨੇ ਹਜੇ ਵੀ ਗੌਰ ਨਾ ਕੀਤਾ ਤੇ 29 ਜੁਲਾਈ ਨੂੰ ਫਿਰ ਇੱਕ ਵੱਡਾ ਧਰਨਾ ਜਿਹੜਾ ਹੈਗਾ ਪਟਿਆਲੇ ਰੱਖਿਆ ਗਿਆ ਵਾ, ਜਿਹੜਾ ਸਰਕਾਰ ਦੀਆਂ ਜੜ੍ਹਾਂ ਹਿਲਾ ਦੇ। ਇਹ ਅੱਜ ਕੱਲ੍ਹ ਮਾਸਟਰ ਕੇਡਰ ਯੂਨੀਅਨ ਹੀ ਹੈ ਕਿ ਹੋਰ ਜਥੇਬੰਦੀਆਂ ਦੇ ਨਾਲ? ਇਹਦੇ ਵਿੱਚ ਅੱਜ ਪੰਜਾਬ ਰਾਜ ਅਧਿਆਪਕ ਗੜਚੋੜ ਦੇ ਨਾਂ ਤੇ ਵੱਖ ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਔਰ ਉਹਨਾਂ ਵਿੱਚ ਮਾਸਟਰ ਕੇਡਰ ਯੂਨੀਅਨ ਹੈ, ਪੀਟੀਟੀ ਯੂਨੀਅਨ ਹੈ,
ਬੀਐਡ ਫਰੰਟ ਤੋਂ ਨੇ ਔਰ ਐਲੀਮੈਂਟਰੀ ਟੀਚਰ ਵੀ ਨੇ ਤੋਂ ਸਾਥੀ ਨੇ। ਸੋ ਸਾਰਿਆਂ ਨੇ ਆਪੋ ਆਪਣੀਆਂ ਦੋ ਦੋ ਤਿੰਨ ਤਿੰਨ ਬੱਸਾਂ ਭਰੀਆਂ ਹੋਈਆਂ ਨੇ ਔਰ ਅਧਿਆਪਕਾਂ ਦੇ ਵਿੱਚ ਬਹੁਤ ਭਾਰੀ ਰੋਸ ਆ ਔਰ ਤੁਸੀਂ ਵੇਖ ਹੀ ਰਹੇ ਹਾਂ ਕਿ ਅਗਲੇ ਪਾਸੇ ਸਾਡੀਆਂ ਬੱਸਾਂ ਜਿਹੜੀਆਂ ਖੜੀਆਂ ਤੁਸੀਂ ਦੇਖਿਆ। ਠੀਕ ਹੈ ਜੀ, ਧੰਨਵਾਦ।